ਮੈਂ ਆਪਣੀ ਜਨਾਨੀ ਤੋਂ ਬਹੁਤ ਤੰਗ ਹੋ ਕੇ ਆਤਮ ਹੱਤਿਆ ਕਰ ਰਿਹਾ ਹਾਂ। ਇਹਦੇ ਵਿੱਚ ਮੇਰੀ ਸੱਸ ਦਾ ਅਤੇ ਮੇਰੇ ਦੋਵੇਂ ਸਾਲਿਆਂ ਦਾ, ਗੋਲਡੀ ਅਤੇ ਦੀਪਕ ਦਾ ਹੱਥ ਹੈ, ਜਿਹੜੇ ਕਿ ਮੈਨੂੰ ਦਿਮਾਗੀ ਤੌਰ 'ਤੇ ਪਰੇਸ਼ਾਨ ਕਰਦੇ ਹਨ, ਮੇਰੇ ਥੋੜ੍ਹੇ ਬਹੁਤੇ ਪੈਸੇ ਦੇਣ ਵਾਲੇ ਹਨ ਅਤੇ ਮੈਂ ਆਪਣੀ ਜਨਾਨੀ ਗੁਪਤੇ ਦਾ 5.5 ਲੱਖ ਰੁਪਇਆ ਦੇਣਾ ਹੈ ਇਹ। ਪਰ ਮੇਰੀ ਜਨਾਨੀ ਮੈਨੂੰ ਕਹਿੰਦੀ, ਮਾਰਨਾ ਚਾਹੁੰਦੀ ਹੈ ਕਿ ਇਹ ਜੋ ਵੀ ਹੈ ਮੈਂ ਆਪਣੀ ਮਾਂ ਨੂੰ ਇੱਥੇ ਲਿਆ ਕੇ ਰੱਖਾਂ, ਅਤੇ ਉਹ ਕਹਿੰਦੇ ਨੇ ਸ਼ਹਿਰ ਜਾਣਾ ਹੈ, ਇਸ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ ਹਾਂ। ਇਹਦੇ ਵਿੱਚ ਮੇਰੀ ਸੱਸ ਦਾ, ਮੇਰੇ ਦੋਨੇ ਸਾਲਿਆਂ ਦਾ ਅਤੇ ਮੇਰੀ ਜਨਾਨੀ ਦਾ ਪੂਰਾ ਹੱਥ ਹੈ। ਇਹ ਜਨਾਨੀ ਮੈਨੂੰ ਬੜੇ ਪਰੇਸ਼ਾਨ ਕਰਦੀ ਆ ਅਤੇ ਗਲੀ 'ਚ ਜਾ ਕੇ ਮੇਰੀ ਪੂਰੀ ਬੇਇੱਜ਼ਤੀ ਕਰਦੀ ਆ, ਇਸ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ। ਇਹਦੇ ਵਿੱਚ ਹੋਰ ਕਿਸੇ ਦਾ ਕੋਈ ਰੋਲ ਨਹੀਂ ਹੈ। ਮੈਂ ਆਚਾਰਾਂ ਦੇ ਨਾਲ ਲਿਖੇ ਚੱਲਾਂ, ਮੇਰੀ ਜਨਾਨੀ ਸੀਮਾ ਰਾਣੀ, ਮੇਰੀ ਸੱਸ ਨੀਲਮ ਰਾਣੀ, ਮੇਰਾ ਸਾਲਾ ਦੀਪਕ ਵੱਡਾ, ਮੇਰਾ ਸਾਲਾ ਗੋਲਡੀ ਛੋਟਾ, ਇਹਨਾਂ ਦਾ ਨਾਂ ਲਿਖਾ ਰਿਹਾ ਹਾਂ। ਇਹਨਾਂ ਨੂੰ ਕਾਨੂੰਨ ਤੌਰ 'ਤੇ ਪੂਰੀ ਪੱਕੀ ਤੌਰ 'ਤੇ ਸਜ਼ਾ ਦਿੱਤੀ ਜਾਵੇ। ਇਹ ਇੱਕ ਮਨਦੀਪ ਕੁਮਾਰ ਨਾਂ ਦਾ ਬੰਦਾ ਸੀ, ਇਹਨੇ ਆਪਣੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਸੀ, ਪੋਇਜ਼ਨ ਕੇਸ, ਇਹਨੇ ਕੁਛ ਜ਼ਹਿਰ ਖਾਧਾ ਅਤੇ ਮਰਨ ਤੋਂ ਪਹਿਲਾਂ ਇਹਨੇ ਜਿਹੜੀ ਆਪਣੀ ਵੀਡੀਓ ਬਣਾਈ ਉਹਦੇ 'ਚ ਇਹਨੇ ਐਲੀਗੇਸ਼ਨ ਆਪਣੀ ਵਾਈਫ 'ਤੇ ਅਤੇ ਆਪਣੇ ਦੋ ਸਾਲਿਆਂ 'ਤੇ ਅਤੇ ਸੱਸ 'ਤੇ ਲਾਏ ਸੀ ਕਿ ਉਹਨਾਂ ਤੋਂ ਦੁਖੀ ਹੋ ਕੇ ਮਰ ਰਿਹਾ। ਮੇਨ ਕਾਰਨ ਇਹਦਾ ਇਹਨੇ ਉਹ 'ਚ ਦੱਸਿਆ ਵੀਡੀਓ 'ਚ ਕਿ ਉਹਨੇ ਕੁਛ ਪੈਸੇ ਲਏ ਹੋਏ ਸੀ ਵਿਆਜ 'ਤੇ ਆਪਣੇ ਸਾਲਿਆਂ ਤੋਂ, ਅਤੇ ਉਹ ਵਾਪਸ ਕਰਨ ਤੋਂ ਉਹਨਾਂ ਦਾ ਕੋਈ ਤਕਰਾਰ ਸੀ, ਉਹਦੀ ਵਾਈਫ ਵੀ ਉਹਦੇ ਨਾਲ ਅਣਬਣ ਰਹਿੰਦੀ ਸੀ, ਇਸ ਕਰਕੇ ਉਹਨੇ ਦੁਖੀ ਹੋ ਕੇ ਆਪਣੀ ਜਿਹੜੀ ਆਤਮ ਹੱਤਿਆ ਕੀਤੀ ਹੈ।